ਇੱਕ ਕਵਿਤਾ ਲਿਖੀ ਸੀ ਵੀ ਇੱਥੇ ਕੁਛ ਹੋਰ ਬੋਲ ਜਾਂਦੇ ਨੇ ਉੱਥੇ ਕੁਛ ਹੋਰ ਬੋਲ ਜਾਂਦੇ ਨੇ। ਜੰਗਲ ਦੇ ਵਿੱਚ ਜਾਨਵਰਾਂ ਨੇ ਵੋਟਾਂ ਪਾਉਣ ਦਾ ਫੈਸਲਾ ਕਰ ਲਿਆ, ਡੈਮੋਕ੍ਰੇਸੀ ਲਿਆਵਾਂਗੇ। ਕਹਿੰਦੇ ਵੀ ਊਈ ਬਣ ਜਾਂਦਾ ਯਾਰ ਰਾਜਾ ਸ਼ੇਰ ਹਰ ਵਾਰੀ, ਕੌਣ ਬਣਾਉਂਦਾ ਇਹਨੂੰ? ਟੱਗਰ ਕਾ ਰਾਜਾ ਸ਼ੇਰ ਦੋਨੋਂ ਵੋਟਾਂ ਪਾਉ ਕਹਿੰਦੇ ਇੰਡੀਆ ਵਾਂਗੂ ਡੈਮੋਕ੍ਰੇਸੀ ਲੈ ਕੇ ਆਵਾਂਗੇ, ਸਾਰੇ ਜਾਨਵਰ ਖੜੇ ਹੋ ਜਾਓ ਵੋਟਾਂ 'ਚ, ਇਹ ਜਿੱਤ ਗਿਆ ਸ਼ੇਰ। ਜੰਗਲ ਦੇ ਵਿੱਚ ਆਮ ਚੋਣਾਂ ਦਾ ਹੋਇਆ ਜਦੋਂ ਐਲਾਨ, ਆਪੋ ਆਪਣੇ ਚੋਣ ਪ੍ਰਚਾਰ 'ਤੇ ਲੱਗ ਪਏ ਜਾਨਵਰ ਜਾਣ। ਸ਼ੇਰ ਭਾਜੀ ਬੱਕਰੀ ਦੇ ਘਰ ਗਏ, ਇਹਨੇ ਭੈਣ ਜੀ ਸਤਿ ਸ਼੍ਰੀ ਅਕਾਲ ਹੈ, ਹੋਰ ਸੁਣਾਓ ਕੀ ਹਾਲ ਚਾਲ ਹੈ? ਬੱਕਰੀ ਕਹਿੰਦੀ ਹਾਲ ਤਾਂ ਠੀਕ ਹੈ ਪਰ ਮੇਰਾ ਦਿਲ ਅੱਜ ਹੈਰਾਨ ਬੜਾ ਹੈ, ਸ਼ੇਰ ਮੇਰੇ ਅੱਗੇ ਦੋਵੇਂ ਹੱਥ ਜੋੜ ਕੇ ਖੜਾ। ਸ਼ੇਰ ਕਹਿੰਦਾ ਭੈਣ ਜੀ ਕਿਉਂ ਸ਼ਰਮਿੰਦਾ ਕਰਦੇ ਹੋ, ਹੁਣ ਆਪਾਂ ਜੰਗਲ ਦੀ ਏਕਤਾ ਨਹੀਂ ਤੋੜਨੀ। ਚਿੜੀਆਂ ਦੇ ਆਲਮਿਆਂ 'ਚ ਬਾਜਾਂ ਦੇ ਝੰਡੇ, ਬਿੱਲੀਆਂ ਨੇ ਚੂਹਿਆਂ ਨੂੰ ਮੁਫਤ ਕੰਬਲ ਦਿੰਦੇ। ਕਿੱਦਰ ਨੂੰ ਕਿਹਾ ਗਿਆ ਤਾਂ ਜੰਗਲ ਤੇਰਾ ਹੋਊਗਾ, ਉੱਲੂਆਂ ਨੂੰ ਕਹਿੰਦੇ ਵੋਟ ਪਾਓ ਦਿਨੇ ਵੀ ਹਨੇਰਾ ਹੋਊਗਾ। ਸਾਰਾ ਦਿਨ ਇਲੈਕਸ਼ਨ ਕੰਪੇਨ ਕਰਕੇ ਸ਼ੇਰ ਘਰੇ ਆਉਂਦਾ ਥੱਕਿਆ ਹੋਇਆ ਸ਼ਾਮ ਨੂੰ, ਤਾਂ ਵੀ ਘਰਾਂ ਨੂੰ ਕਹਿੰਦਾ, ਕਹਿੰਦਾ ਸਾਰਾ ਜੰਗਲ ਘੇਰਨੀ ਕੀ ਕਰਦੀ ਹੈ ਮੇਰੀ ਡਾਰਲਿੰਗ ਸ਼ੇਰਨੀ? ਸ਼ੇਰਨੀ ਕਹਿੰਦੀ ਸ਼ੇਰ ਜੀ ਪਤੀ ਦੇਵ ਜੀ ਮੇਰਾ ਬਾਹਰ ਸੈਰ 'ਤੇ ਜਾਣ ਨੂੰ ਦਿਲ ਕਰਦਾ, ਇੱਕ ਨਰਮ ਜਿਹਾ ਨਾਜ਼ੁਕ ਜਿਹਾ ਖਰਗੋਸ਼ ਖਾਣ ਨੂੰ ਦਿਲ ਕਰਦਾ। ਸ਼ੇਰ ਕਹਿੰਦਾ ਭਾਗਵਾਨ ਨੇ ਆ ਸੁਣ ਲੈ ਮੇਰੀ ਫਰਿਆਦ, ਖਰਗੋਸ਼ ਜਿੰਨੇ ਮਰਜ਼ੀ ਖਾ ਲਈ ਪਰ ਪਲੀਜ਼ ਇਲੈਕਸ਼ਨਾਂ ਤੋਂ ਬਾਅਦ। ਫਗਵਾੜਾ ਤੋਂ ਜਿਮਨੀ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਤੋਸ਼ ਕੁਮਾਰ ਗੋਗੀ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਅੱਜ ਫਗਵਾੜਾ ਦੇ ਅਰਬਨ ਸਟੇਟ ਵਿਖੇ ਪਹੁੰਚੇ, ਜਿਨ੍ਹਾਂ ਨੇ ਫਗਵਾੜੇ ਦੇ ਵੱਖ ਵੱਖ ਪਿੰਡਾਂ ਵਿੱਚ ਪਹੁੰਚ ਕੇ ਸੰਤੋਸ਼ ਕੁਮਾਰ ਗੋਗੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਉਹਨਾਂ ਕਿਹਾ ਕਿ ਕਾਂਗਰਸ, ਅਕਾਲੀ, ਭਾਜਪਾ ਸਭ ਰਲੇ ਹੋਏ ਹਨ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਲੋਕ ਬੀਜੇਪੀ ਅਤੇ ਅਕਾਲੀਆਂ ਤੋਂ ਤੰਗ ਆ ਕੇ ਹੁਣ ਆਮ ਆਦਮੀ ਪਾਰਟੀ ਦਾ ਸਾਥ ਦੇ ਰਹੇ ਹਨ, ਜੋ ਬੀਜੇਪੀ, ਕਾਂਗਰਸ ਅਤੇ ਅਕਾਲੀਆਂ ਨੂੰ ਸਬਕ ਸਿਖਾ ਰਹੇ ਨੇ ਕਿ ਅਗਰ 2022 ਤੋਂ ਪਹਿਲਾਂ ਉਹਨਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਤਾਂ ਉਹਨਾਂ ਵੱਲੋਂ ਸਖਤੀ ਨਾਲ ਐਕਸ਼ਨ ਲਿਆ ਜਾਵੇਗਾ। ਅੱਜ ਜਿੰਨੀ ਚੋਣ ਜਿਹੜੀ ਫਗਵਾੜਾ ਦੀ ਹੋ ਰਹੀ ਹੈ ਉਹਦੇ ਵਿੱਚ ਸਾਡੇ ਜਿਹੜੇ ਉਮੀਦਵਾਰ ਨੇ ਸੰਤੋਸ਼ ਕੁਮਾਰ ਗੋਗੀ ਜੀ, ਉਹਨਾਂ ਦੀ ਕੰਪੇਨ ਲਈ ਮੈਂ ਆਇਆ ਔਰ ਪਿੰਡਾਂ ਜਾ ਕੇ ਆਇਆ, ਇਸ ਵਕਤ ਅਰਬਨ ਸਟੇਟ 'ਚ ਖੜ੍ਹੇ ਹਾਂ, ਇਸ ਤੋਂ ਬਾਅਦ ਫਿਰ ਪਿੰਡਾਂ ਜਾਣਾ। ਬਹੁਤ ਵਧੀਆ ਜਿਸ ਤਰੀਕੇ ਨਾਲ ਲੋਕ ਆਪ ਮਹਾਰੇ ਆ ਰਹੇ ਨੇ, ਅਸੀਂ ਕੋਈ ਲਾਲਚ ਨਹੀਂ ਦੇ ਰਹੇ ਉਹਨਾਂ ਨੂੰ, ਅਸੀਂ ਕੋਈ ਉਹਨਾਂ ਨੂੰ ਕੋਈ ਝੂਠੇ ਸੁਪਨੇ ਦਿਖਾ ਰਹੇ, ਉਹ ਆਪਣੇ ਆਪ ਆ ਰਹੇ ਨੇ, ਆਪਣਾ ਤੇਲ ਫੂਕ ਕੇ ਆਪਣੇ ਵਹੀਕਲਾਂ 'ਤੇ ਆ ਰਹੇ ਨੇ। ਇੱਥੋਂ ਇਹ ਸਿੱਧ ਹੁੰਦਾ ਕਿ ਲੋਕ ਦੋਨਾਂ ਪਾਰਟੀਆਂ ਤੋਂ, ਬੀਜੇਪੀ ਅਕਾਲੀ ਅਤੇ ਕਾਂਗਰਸ, ਇਹਨਾਂ ਤੋਂ ਤੰਗ ਆ ਚੁੱਕੇ ਨੇ ਅਤੇ ਲੋਕ ਇਹਨਾਂ ਨੂੰ ਕੋਈ ਇੱਕ ਨਵਾਂ ਸੁਨੇਹਾ ਦੇਣਾ ਚਾਹੁੰਦੇ ਨੇ ਕਿ 2022 ਤੋਂ ਪਹਿਲਾਂ ਜੇ ਤੁਸੀਂ ਆਪਣੇ ਵਾਅਦੇ ਪੂਰੇ ਨਾ ਕੀਤੇ ਤਾਂ ਵੱਡਾ ਝਾੜੂ ਫਿਰੂਗਾ। ਸੋ ਇਸ ਕਰਕੇ ਅਸੀਂ ਆਮ ਲੋਕਾਂ ਨੂੰ ਇਹ ਅਪੀਲ ਕਰ ਰਹੇ ਹਾਂ। ਕੁਰਸੀਆਂ ਦਾ ਰੌਲਾ ਪਿਆ ਵਾ ਸਟੇਜ 'ਤੇ ਲੱਗਣ ਦੇ, 4-6 ਉਹਦੇ ਬਾਰੇ ਦੇਖੋ, ਬਹੁਤ ਸ਼ਰਮ ਦੀ ਗੱਲ ਹੈ ਕਿ ਜਿੱਥੇ ਗੁਰੂ ਨਾਨਕ ਸਾਹਿਬ ਦਾ ਨਾਮ ਆ ਗਿਆ ਉੱਥੇ ਸਾਰੇ ਨਾਂ ਛੋਟੇ ਰਹਿ ਜਾਂਦੇ ਨੇ, ਕਿਹਦਾ ਨਾਂ ਜਿਹੜਾ ਖੁੰਨੀ ਪੱਥਰ 'ਤੇ ਉੱਪਰ ਲਿਖਿਆ ਜਾਊ, ਕਿਹਦਾ ਥੱਲੇ ਲਿਖਿਆ ਜਾਊ, ਇਹ ਕੋਈ ਮੈਨੇ ਨਹੀਂ ਲਿਖਦਾ। ਗੁਰੂ ਨਾਨਕ ਸਾਹਿਬ ਜਗਤ ਗੁਰੂ ਸੀ, ਉਹਨਾਂ ਨੂੰ ਨੇਪਾਲ, ਭੂਟਾਨ, ਸ਼੍ਰੀਲੰਕਾ, ਅਫਗਾਨਿਸਤਾਨ 'ਚ ਅਲੱਗ ਅਲੱਗ ਨਾਵਾਂ ਨਾਲ ਉਹਨਾਂ ਨੂੰ ਪੂਜਿਆ ਜਾਂਦਾ। ਇਹ ਸਟੇਜ 'ਤੇ ਕੌਣ ਬੈਠੂਗਾ, ਥੱਲੇ ਕੌਣ ਬੈਠੂਗਾ, ਕਿਹਦੀ ਕੁਰਸੀ ਕਿੱਥੇ ਲੱਗੂਗੀ, ਇਹਨਾਂ ਦੇ ਦਿਮਾਗ 'ਚੋਂ ਕੁਰਸੀ ਨਿਕਲਦੀ ਹੋਈ, ਠੀਕ ਹੈ ਨਾ। ਸੋ ਗੁਰੂ ਸਾਹਿਬ ਨੇ ਤਾਂ ਸਾਰਿਆਂ ਨੇ ਕੀਤਾ ਸੀ, ਇਹ ਆਪਦੇ ਆਪਦੇ ਕੁਰਸੀਆਂ ਨਾਲ ਹੀ ਬੈਠੇ ਨੇ, ਇਹ ਸ਼ਰਮਨਾਕ ਗੱਲ। ਸਰ ਕੀ ਫਗਵਾੜਾ ਵਿੱਚ ਤੁਹਾਡਾ ਕੋਈ ਵੱਡਾ ਰੋਡ ਸ਼ੋਅ ਦੇਖਣ ਨੂੰ ਮਿਲੇਗਾ ਜੀ? ਹਾਂਜੀ, ਫਗਵਾੜੇ ਦੁਬਾਰਾ ਜਦੋਂ ਆਵਾਂਗੇ, ਕੰਪੇਨ ਜਿਸ ਦਿਨ ਖਤਮ ਹੋਣੀ ਉਸ ਤੋਂ ਪਹਿਲਾਂ। ਹਾਂਜੀ, ਬਿਊਰੋ ਰਿਪੋਰਟ, ਸਾਂਝ ਟੀਵੀ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।